ਨਾਮਧਾਰੀ ਬਜ਼ੁਰਗ ਦੀ ਦਾੜੀ ਖਿੱਚ ਕੇ ਉਸ ਦੇ ਨਾਲ ਕੀਤੀ ਮਾਰਕੁੱਟ। ਦੁਕਾਨਦਾਰ ਨੇ ਬਜ਼ੁਰਗ ਦੇ ਮੂੰਹ ਤੇ ਮਾਰੀਆਂ ਚਪੇੜਾਂ। ਵੇਖੋ ਤੁਸੀਂ ਵੀ ਇਸ ਦੁਕਾਨਦਾਰ ਦੀ ਸ਼ਰਮਨਾਕ ਕਰਤੂਤ। ਲੁਧਿਆਣਾ ਦੇ ਗਿੱਲ ਚੌਂਕ ਨੇੜੇ ਇੱਕ ਸ਼ਖਸ ਵੱਲੋਂ ਇੱਕ ਬਜ਼ੁਰਗ ਦੀ ਮਾਰਕੁੱਟ ਕਰਨ ਦਾ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਤੁਸੀਂ ਸਾਫ ਸਾਫ ਵੇਖ ਸਕਦੇ ਹੋ ਕਿ ਕਿਵੇਂ ਇੱਕ ਸ਼ਖਸ ਨਾਮਧਾਰੀ ਬਜ਼ੁਰਗ ਸਿੱਖ ਦੀ ਦਾੜੀ ਖਿੱਚ ਰਿਹਾ। ਮਾਮਲਾ ਪੁਲਿਸ ਤੱਕ ਪਹੁੰਚ ਗਿਆ ਤੇ ਪੁਲਿਸ ਨੇ ਵੀ ਕਾਰਵਾਈ ਕਰ ਦੋਸ਼ੀਆਂ ਨੂੰ ਨਾ ਬਖਸ਼ਣ ਦੀ ਗੱਲ ਕਹੀ ਹੈ। ਜਦੋਂ ਇਸ ਸੰਬੰਧੀ ਪੀੜਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਪੈਸਿਆਂ ਸੰਬੰਧੀ ਸੀ ਪਰ ਬਿਮਾਰ ਹੋਣ ਕਾਰਨ ਉਹ ਕੰਮ ਪੂਰਾ ਨਹੀਂ ਕਰ ਸਕੇ ਤੇ ਦੋਸ਼ੀ ਦੁਕਾਨਦਾਰ ਨੇ ਉਹਨਾਂ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਜੀ ਮੈਂ ਹਰਚਰਨ ਸਿੰਘ। ਕੀ ਮਾਮਲਾ ਜੀ, ਜਿਹੜਾ ਕੁੱਟਮਾਰ ਹੋਈ ਹੈ? ਮਾਰਕੁੱਟ ਹੋਈ, ਮੈਂ ਬੈਠਾ ਹੋਇਆ ਸੀ, ਪਿੱਛੋਂ ਆ ਕੇ ਮਾਰਕੁੱਟਣ ਲੱਗ ਗਿਆ ਤੇ ਮੇਰੇ ਦਾਦੀ ਤੋਂ ਫੜ ਕੇ ਕੁਛ ਨੂੰ ਮਾਰਨ ਲੱਗੇ, ਮੇਰੇ ਦੰਦ ਮੂੰਹ ਤੇ ਮੂੰਹ ਤੇ ਗਾਂਦੇ। ਮਾਮਲਾ ਕੀ ਸੀ ਸਰ, ਕਿਉਂ ਮਾਰਿਆ ਗਿਆ? ਹਾਂਜੀ, ਕੰਮ ਕਾਰ ਥੋੜ੍ਹਾ ਲੇਟ ਹੋਣ ਕਰਕੇ। ਕੀ ਕੰਮ? ਕੀ ਤੁਹਾਡਾ ਕੰਮ? ਅਸੀਂ ਸਟੇਜ ਦਾ ਕੰਮ ਕਰਦੇ ਹਾਂ। ਤੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਸੀ ਉਹਨਾਂ ਦੀ? ਨਾ, ਕੋਈ ਗੱਲਬਾਤ ਨਹੀਂ ਹੋਈ। ਔਰ ਕਿੰਨਾ ਮਤਲਬ ਦੇਖਿਆ ਜਾਵੇ ਤਾਂ ਕੀ ਪੈਸੇ ਦਾ ਕੋਈ ਲੈਣ ਦੇਣ ਦੱਸਿਆ ਜਾ ਰਿਹਾ? ਪੈਸੇ ਦਾ ਲੈਣ ਦੇਣ ਤੋਂ ਕੰਮ ਲੇਟ ਕਰਕੇ 10,000 ਰੁਪਏ ਪਿੱਛੇ ਸਾਨੂੰ ਪਿੱਛੇ ਮਾਰ ਦੋ ਨਾ, ਕੰਮ ਲੇਟ ਕਰਤਾ ਦਿੱਤਾ, ਬਸ ਹੋਰ ਕੋਈ ਗੱਲ ਨਹੀਂ ਕੀਤੀ। ਕਿੰਨੇ ਦਿਨ ਦਾ ਲੇਟ ਸੀਗਾ ਜੀ ਕੰਮ ਤੁਹਾਡਾ? ਕੰਮ 2 ਮਹੀਨੇ ਲੱਗ ਗਏ, ਮੈਂ ਬਿਮਾਰ ਹੋ ਗਿਆ ਸੀ। ਬਿਮਾਰ ਹੋਣ ਦੇ ਕਾਰਨ ਤੁਸੀਂ ਪੁਲਿਸ ਦੇ ਵਿੱਚ ਕੰਪਲੇਨ ਦਿੱਤੀ ਆ? ਹਾਂਜੀ ਹਾਂਜੀ। ਕੀ ਮਾਮਲਾ ਪੁਲਿਸ ਨੇ ਤੱਕ ਦਾ ਦਿੱਤਾ? ਪੁਲਿਸ ਨੇ ਸਾਡੇ ਤੇ ਕੋਈ ਕਾਰਵਾਈ ਕਰਨ ਆਏ ਆ ਜੀ। ਜੀ ਕੀ ਚਾਹੁੰਦੇ ਕਰਦੇ ਹੋ? ਸਾਡੇ ਨਾਲ ਪੂਰਾ ਇਨਸਾਫ ਕੀਤਾ ਜਾਵੇ, ਸਾਡੇ ਦਾਦੀ ਜੀ ਦੀ ਬੇਇੱਜ਼ਤੀ ਹੋਈ ਹੈ। ਪਿਛਲੀ ਗੱਲ ਹੈ, ਸਾਡੇ ਕੋਲ ਕੱਲ੍ਹ ਪਹਿਲਾਂ ਪ੍ਰੀਤਮ ਸਿੰਘ ਆਇਆ ਸੀ, ਕੰਪਲੇਂਟ ਦੇ ਕੇ ਗਿਆ ਸੀਗਾ ਵੀ ਮੈਂ ਪੈਸੇ ਲੈਣੇ ਸੀ। ਉੱਥੇ ਉਹ ਉਸ ਸ਼ੋਪ ਦੇ ਉੱਤੇ ਆਇਆ ਹੋਇਆ ਸੀਗਾ ਅਤੇ ਉੱਥੇ ਕਦੇ ਇਕੱਠੇ ਹੋ ਗਏ ਵੀ ਉਹ ਕਹਿੰਦਾ ਕੁੱਟਮਾਰ ਹੋਈ ਹੈ ਅਤੇ ਵੀ ਇੱਕ ਬੰਦਾ ਜਿਹੜਾ ਹੈਗਾ ਐਕਟਿਵਾ ਛੱਡ ਗਿਆ, ਸਾਨੂੰ ਕੰਪਲੇਂਟ ਦੇ ਗਿਆ ਸੀਗਾ। ਉਸ ਤੋਂ ਬਾਅਦ ਰਾਤ ਨੂੰ ਦੂਸਰੀ ਪਾਰਟੀ ਜਿਹੜੀ ਹੈਗੀ ਹੈ ਉਹ ਕਰੀਬ 8 ਵਜੇ ਆ ਕੇ ਕੰਪਲੇਂਟ ਉਹ ਵੀ ਦੇ ਕੇ ਗਈ ਹੈ ਵੀ ਇੱਦਾਂ ਕਿ ਸਾਡੇ ਬਜ਼ੁਰਗ ਇੱਕ ਮੈਡੀਕਲ ਵੀ ਦੇ ਕੇ ਗਏ ਅਤੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਅਤੇ ਮੈਡੀਕਲ ਲਿਆ ਕੇ ਜੋ ਵੀ ਲੀਗਲ ਹੋਊਗਾ ਅਸੀਂ ਐਕਸ਼ਨ ਲਵਾਂਗੇ। ਸਰ ਤੁਸੀਂ ਦੱਸ ਰਹੇ ਹੋ ਉਹਦੇ ਵਿੱਚ ਦੱਸਿਆ ਗਿਆ ਕੇਸਾਂ ਦੀ ਬੇਅਦਬੀ ਹੋਈ ਆ, ਦਾੜੀ ਉਹਨੂੰ ਕੋਈ ਪੁੱਟੀ ਗਈ ਆ ਬਜ਼ੁਰਗ ਦੀ? ਉਹ ਵੈਰੀਫਾਈ ਕਰ ਰਹੇ ਹਾਂ ਜੀ ਅਸੀਂ ਜੋ ਵੀ ਜਿਹੜੀ ਉਹ ਕੰਪਲੇਂਟ ਲਿਖੀ ਹੈ। ਤੁਸੀਂ ਕਹਿ ਰਹੇ ਕਿ ਐਕਟਿਵਾ ਛੱਡ ਕੇ ਗਿਆ, ਉਹਨੇ ਮਾਰਕੁੱਟ ਦੀ ਲਿਖਵਾਈ ਹੈ, ਸੀਸੀਟੀਵੀ ਦੇ ਵਿੱਚ ਆ ਰਿਹਾ, ਦਿਖ ਰਿਹਾ ਕਿ ਉਹ ਆਪ ਮਾਰ ਰਹੇ ਆ, ਉਹ ਹੁਣ ਤੁਹਾਡੇ ਤੋਂ ਪਤਾ ਲੱਗਿਆ ਜਿਹੜੀ ਵਾਇਰਲ ਹੋਈ ਹੈ ਉਹਦੇ ਬਾਰੇ ਤੁਸੀਂ ਦੱਸਿਆ ਵਾ, ਅਸੀਂ ਉਹ ਵੈਰੀਫਾਈ ਕਰਕੇ ਜੋ ਵੀ ਲੀਗਲ ਕਾਰਵਾਈ ਕਰਾਂਗੇ, ਕਿਸੇ ਨੂੰ ਨਹੀਂ ਬਖਸ਼ਾਂਗੇ ਇਸ ਚੀਜ਼ ਵਾਸਤੇ।